ਕਿਤੇ ਮੁਰਾ ਨਸਲ ਗਿੱਤ ਓਸਰ ਹੈ ਜੀ ਸੜਕ ਵਾਲੀ ਸਾਈਡ ਔਰ ਬਈ ਮੁਕੇਸ਼ ਗਾਂਗੁਲੀ ਰੈਡ ਪੈ ਔਰ ਬਈ ਕੋਈ ਸਟੋਪਰ ਕੈਚ ਲਗਾਏਗਾ 200 ਰੁਪਏ ਪਾਏਗਾ ਸਾਹਮਣੇ ਕੌਣ ਕੌਣ ਹੈ ਸਾਹਮਣੇ ਯਾ ਭੁੱਲ ਫਰਮਾਣੇ ਵਾਲਾ ਔਰ ਬਈ ਭੁੱਲ ਪ੍ਰਦੀਪ ਭੁੱਲ ਮੇਰਾ ਅਨੁਰੋਧ ਆਫੀਸਰ ਸੇ ਇੱਕ ਲਾਈਨ ਮੈਨ ਆ ਜਾਏ ਬਈ ਇਧਰ ਦਾਹਿਨੀ ਸਾਈਡ ਡਾਕਟਰ ਸੁਭਾਸ਼ ਜਾਨੀ ਜੀ ਸਾਹਿਬ ਇੱਕ ਲਾਈਨ ਫਰਮਾਣੇ ਵਾਲਾ ਯਾ ਬਈ ਉਭਰਤਾ ਹੋਇਆ ਸਟਾਰ ਸਟੋਪਰ ਔਰ ਟੌਪ ਦਾ ਖਿਲਾੜੀ ਹੈ ਟੌਪ ਦਾ ਸਟੋਪਰ ਹੈ ਔਰ ਟੌਪ ਦਾ ਖਿਲਾੜੀ ਮੁਕੇਸ਼ ਗਾਂਗੁਲੀ ਟੌਪ ਦਾ ਖਿਲਾੜੀ ਇਸਕਾ ਭਾਈ ਨਰੇਸ਼ ਗਾਂਗੁਲੀ ਹਾਂਜੀ ਪਹਿਲੀ ਕੈਚ ਬਣਤੀ ਜੋ ਡੇਢ ਅੰਕ ਹੈ ਵਿੱਚੋਂ ਫਰਮਾਣੇ ਕੀ ਟੀਮ ਕਾ ਭਾਈ ਪਹਿਲੀ ਕੈਚ ਬਣਤੀ ਬੋਲੂ ਫਰਮਾਣੇ ਕੇ ਦੁਆਰਾ ਔਰ ਯੇ ਭਾਈ ਸੰਦੀਪ ਕਾਲਾ ਗਾਵੀਟਲ ਚਲਾ ਜੀਤ ਹਰਿਆਣੇ ਕੀ ਸਭ ਪਹਿਲੀ ਟੂਰਨਾਮੈਂਟ ਹੋਈ ਗਾਵੀਟਲ ਮੈਂ ਬੁਲਟ ਮੋਟਰਸਾਈਕਲ ਔਰ ਬਈ ਪੁਆਇੰਟ ਲੈ ਕੇ ਆਇਆ 200 ਰੁਪਏ ਔਰ ਮਲਿੰਗਾ ਨੇ ਕੈਚ ਲਗਾ ਦੀ ਯਾਨੀ ਕਿ ਸਟੋਪਰ ਨੇ ਕੈਚ ਲਗਾ ਦੀ ਦੋ ਮੇ 500 ਰੁਪਏ ਯਾਦੀ ਸੰਦੀਪ ਨਿਕਾਲਾ ਗਾਓ ਇਟਲ ਚਲਾ ਜੀਤ ਅੰਕੋ ਸੇ ਬਵੈਲ ਵਾਲਾ ਉਹ ਸਰ ਕੀ ਤਰਫ ਸੇ ਸਾਹਮਣੇ 400 ਪਰ ਫਰਮਾਣਾ ਕੇ ਔਰ ਬਈ ਅੰਕੁਸ਼ ਬਬਲ ਸੇ ਪੁਆਇੰਟ ਲਿਆ ਚਾਹੇ ਨਾ ਲੇਗਾ 200 ਰੁਪਏ ਤੇ ਫਿਰ ਵੀ ਠਾਣੇ ਔਰ ਬਈ 200 ਰੁਪਏ ਅਗਰ ਕੈਚ ਲਗਾ ਦੀ ਤਾਂ ਫਰਮਾਣਾ ਕੇ ਦੁਆਰਾ ਦੇਖੀਏ ਟਰਾਈ ਔਰ ਪਿੱਛੋ ਫਰਮਾਣਾ ਸਰਪੰਚ ਦੀ ਤਰਫ ਸੇ ਦੁਆਰੇ ਘੋਸ਼ਣਾ ਹੋਈ ਜੀ ਮਨੇ ਸਿੰਘ ਬਬਲ ਸਿੰਘ ਜੀ ਵਾਲੇ ਕੁਛ ਤੇਰੇ 200 ਰੁਪਏ ਪ੍ਰਦੀਪ ਛੋਟੇ ਭਾਈ ਪ੍ਰਦੀਪ ਹਾਂਜੀ ਇੱਕ ਪਾਸੇ ਸੰਭਾਲ ਲੈ ਭਾਈ ਹਿੰਦੁਸਤਾਨ ਦਾ ਮਹਾਨ ਖਿਲਾੜੀ ਸਿੱਲੋ ਮਦੀਨੇ ਵਾਲਾ ਸਿੱਲੋ ਬਹੁਤ ਵਧੀਆ ਡਿਸੀਜਨ ਆਊਟ ਹੋ ਗਿਆ ਸਟੋਪਰ ਉਰੀ ਹੋ ਮੈਂ ਆਫੀਸਰ ਕਰੀ ਨਾ ਰਿਵਿਊ ਲੈ ਸਕਦੇ ਹੋ ਮਲਿੰਗਾ ਸਿੱਲੋ ਮਦੀਨੇ ਵਾਲਾ ਕਬੱਡੀ ਔਰ ਰਵੀ ਤੋੜਾ ਕਬੱਡੀ ਦਾ ਸ਼ੇਰ ਔਰ ਬਈ ਰਵੀ ਔਰ ਵੀਨੇ ਕਬੱਡੀ ਦਾ ਸੋਨਾ ਕਬੱਡੀ ਦਾ ਨਵੀਨ ਚੜਿਆਣਾ ਪੁਲਿਸ ਕੀ ਤਰਫ ਸੇ ਸਿੱਲੂ ਅਗਰ ਨੋਟ ਸ਼ੋਪ ਰਹਤਾ ਹੈ ਸਿੱਲੂ ਮਦੀਨਾ 1 ਕਿਲੋ ਦੱਸੀ ਗਈ ਹੋਈ ਔਰ 1100 ਰੁਪਏ ਪ੍ਰਵੀਨ ਫੌਜ ਕੀ ਤਰਫ ਸੇ ਨੋਟ ਸਟੋਪ ਰਹੇਗੇ ਤੋ ਵਿੱਚੋ ਜਿਤਨੇ ਵੀ ਕੈਚ ਲਗਾਏ ਨਵੀਨ ਕੀ ਤਰਫ ਸੇ ਦੇਖੀਏ 200 ਰੁਪਏ ਪਰ ਕੈਚ ਔਰ ਸਾਥ ਮੈਂ ਜੰਡੂ ਹਾਂਜੀ ਇੱਕ ਸਾਈਡ ਕੀ ਤੋ ਕਰ ਲੈ ਕਿ ਹਿਸਾਬ ਕਰ ਲੈਂਗੇ ਲਾਈਟ ਤੇ ਹੋਇਆ ਕੋਈ ਦਿੱਕਤ ਨਹੀਂ ਦੀਪਕ ਪਾਠਕ ਮਾਸੀ ਕੋ ਔਰ ਧਰਮੇਂਦਰ ਅੰਕਿਤ ਪਾਠਕ ਮਾਸੀ ਕੋ ਔਰ ਬਈ ਦੀ ਧਰਮੇਂਦਰ ਪੁਲਡਾਰਾ ਔਰ 1100 ਔਰ ਸਾਥ ਮੈਂ ਸ਼ੀਲੋ ਨੋਨ ਸਟੋਪ ਰਹੇਗੇ ਤੋ ਔਰ ਸਾਥ ਮੈਂ ਪ੍ਰਵੀਨ ਫੌੜ ਯਾਨੀ ਕਿ ਅੱਜ ਖਿਲਾੜੀ ਵੋ ਬਈ ਨੋਟੇ ਹੀ ਬਰਸੇਗੇ ਨੋਟ ਹੀ ਬਰਸੇਗੇ ਯਾਨੀ ਕਿ ਪ੍ਰਵੀਨ ਫੌੜ ਫੁੱਲ ਤਿਆਰੀ ਮੈਂ ਬਈ ਔਰ ਫੁੱਲ ਫਾਰਮ ਮੈਂ ਔਰ ਪਿੱਛੋ ਪਰ ਕੈਚ 500 ਰੁਪਏ ਮਾਨ ਸਮਾਨ ਹੋਗਾ ਔਰ ਫਰਵਾਣੇ ਦਾ ਕੋਈ ਵੀ ਖਿਲਾੜੀ ਕੈਚ ਲਗਾਏਗਾ ਪਰ ਕੈਚ 200 ਰੁਪਏ ਔਰ ਰੈਡ ਪੇ ਰੈਡ ਪਰ ਸੰਦੀਪ ਨਿਕਾਲਾ ਔਰ ਸਾਹਮਣੇ 4 ਸਟੋਪਰ ਓ ਸਰ ਯਮ ਮਲਿੰਗਾ ਓ ਸਰ ਔਰ ਸੰਦੀਪ ਨਿਕਾਲਾ ਮਲਿੰਗਾ ਸੰਦੀਪ ਮਲਿੰਗਾ ਸੰਦੀਪ ਲੈ ਬਈ 1 ਪੁਆਇੰਟ ਕੌਰ ਵਾਦਾ ਕਰ ਦਿਆ ਸੰਦੀਪ ਨੇ ਆਪਣੀ ਟੀਮ ਕੇ ਲਈ ਲੋ ਜੀ ਸੁਰਿੰਦਰ ਜੀ ਅਥਲਾਣਾ ਸੁਰਿੰਦਰ ਜੀ ਅਥਲਾਣਾ ਹੀ ਆ ਰਿਹਾ ਹੈ ਫਰਮਾਣੇ ਵਾਲਾ ਔਰ ਅੰਕੁਸ਼ ਬਬੈਲ ਬਈ ਬਿੱਟੂ ਪਹਿਲਵਾਨ ਇੱਕ ਵਾਰ ਡਰੋਸ ਵਾਲੀ ਪ੍ਰਕਿਰਿਆ ਪੂਰੀ ਕਰ ਲੈ ਔਰ ਦਰਸ਼ਕ ਸਾਥੀਓ ਕਬੱਡੀ ਦਾ ਬਹੁਤ ਵੱਡਾ ਮਾਰਕ ਹੈ ਕਰੋ ਨਾ ਕੈਚ ਲਗਾਏਗਾ ਤੇ 500 ਰੁਪਏ ਲਿਖੋ ਸੋ ਔਰ ਨੰਬਰ ਲੈ ਕੇ ਆਏਗਾ 200 ਰੁਪਏ ਕਬੱਡੀ ਦਾ ਬਹੁਤ ਵੱਡਾ ਮਾਰਕ ਹੈ ਤੇ ਦੇਖੀ ਲੈ ਰਹੇ ਸਾਹਿਬ ਬਿਲਕੁਲ ਡਰੋ ਚੱਲ ਰਿਹਾ ਅੰਤਰਰਾਸ਼ਟਰੀ ਖਿਲਾੜੀ ਸਿੱਲੂ ਜੋ ਮਦੀਨੇ ਵਾਲਾ ਸਿੱਲੂ ਸਿੱਲੂ ਹੈ ਸਿੱਲੂ ਹਰਿਆਣੇ ਵਾਲਾ ਸਿੱਲੂ ਮਦੀਨੇ ਵਾਲਾ ਸਿੱਲੂ ਕੈਨੇਡਾ ਔਰ ਇਹ ਦੇਖੀ ਸੈਮੀ ਫਾਈਨਲ ਖਿਲਾੜੀ ਡਰੋ ਚੱਲ ਰਿਹਾ ਹੈ ਇਸ ਖਿਲਾੜੀ ਨੇ ਔਰ ਬਹੁਤ ਵੱਡਾ ਪੁਰਾਣਾ ਯਾਨੀ ਕਿ 40 ਸਾਲ ਦੀ ਉਮਰ ਹੈਗੀ ਅੱਜ ਵੀ ਕਬੱਡੀ ਨੂੰ ਜ਼ਿੰਦਾ ਰੱਖੇ ਹੋਏ ਔਰ ਸੁਰਿੰਦਰ ਜੀ ਰੈਡ ਪੈ ਮੁਕੇਸ਼ ਗਾਂਗੁਲੀ ਸਟਾਰ ਕੇ ਸਾਥ ਮੈਚ ਖੇਲੇਗੀ ਪੜਨਾ ਇਸਕੋ ਦੇਖਿਓ
और वो मुकेश गांगुली आपके चमोला खरगजदान वर्सी चमोला पहला सेमीफाइनल मैच खरगजदान वर्सी चमोला और दूसरा जो मैच होगा जो आ रहा है वर्सेज इस मैच की जीतू टीम परमाणा वर्सेज ओसर की जीतू टीम दूसरा सेमीफाइनल मैच खेलेगी और भाई अंतरराष्ट्रीय खिलाड़ी सुल्लू मदीना अंतरराष्ट्रीय खिलाड़ी विकास परमाणा अंतरराष्ट्रीय खिलाड़ी पिछू परमाणा और 1100 रुपए अंकुश बबल और भाई 1100 रुपए सुल्लू मदीना 1100 रुपए अंकुश बबल और 1100 रुपए सुल्लू मदीना अभी डिसीजन होना है किस चीज के लगाए थे और 1100 रुपए सुल्लू मदीना रेड पे सुल्लू मदीना दर्शक साथियों कबड्डी का कोहिनूर हीरा कोहिनूर हीरा कबड्डी का और बहुत बड़ा मार दिया कबड्डी का सामने कौन है सामने मलिंगा मिद्दा अमन अयम मलिंगा 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 औसर यानी कि मलिंगा मलिंगा औसर सुल्लू मदीना मलिंगा मलिंगा एक बहुत बड़े मारजी को कैच लगा दी रेड पर मुकेश सुरेंद्र जी मुकेश गांगुली रेड पर देखिए चार स्टॉपर फरमाना गई भाई ये जो एक्स्ट्रा खिलाड़ी है विकास है भाई पीछे कर ले एक बार एक्स्ट्रा प्लेयर है ना विकास करिए 1100 रुपए फोर द्वारा आपका मान सम्मान और फिर चला रेड पर संदीप मित्रा फरमाना की तरफ से सामने चार स्टॉपर ओसर गए जबरदस्त लास्ट क्वार्टर फाइनल मैच और देखिए और बिल्कुल शानदार कैच की कोच है संदीप नकाला दो ओसर के खिलाड़ी द्वारा संदीप नकाला दो बिल्कुल राजेश द्वारा बिल्कुल शानदार कैच कर दिया काम भाई राकेश ने पंच चबा दिया मैच में बिल्कुल बराबरी का मैच फिर चला रेड लेकर मोनू ओसर रेड पर ओसर की तरफ से मोनू सामने चार स्टॉपर चाहे बात करें बिच्छू परमाणा और इसके बाद जो पहला सेमीफाइनल मैच होगा खरगजदान वर्सेज जमोला जो आ रहा है वर्सेज जो इस मैच की विजेता टीम होगी ये भी भाई सभी टीम अपने आप को बिल्कुल तैयार रखे और सोनू नोवाल की तरफ से देखिए 100 रुपए चले गए राकेश के खाते में भाई और लीला लीला मोनू ओसर ले भाई लीला उटर बोल गया पॉइंट हो गया थरमाणा और फिर रेड पर आएगा नीतू थरमाणा नीतू थरमाणा और चार स्टॉपर ओसर वाले अजय चौहान अमन राकेश और पॉइंट थरमाणा रेड पर ओसर की तरफ से अच्छा लंबा कदकाठी का ये खिलाड़ी शानदार और सामने फरमाना के स्टॉपर देखिए बिच्छू के ऊपर भी बड़े इनाम लगे और बिच्छू की ट्राई है लेकिन अंक लेने में कामयाब है मुकेश गांगुली और वही दर्शक साथियों रेड पर संदीप नकाला संदीप नकाला ले वो फिर एक पॉइंट का वादा कर दिया अपनी टीम के लिए लो जी सुरेंद्र जी अंकुश बबैल रेड पर ओसर की तरफ से देखिए दो मिलाई में आज ओसर की टीम का सदस्य बनकर खेलता अंकुश बबैल बिल्कुल
लेकिन भाई कॉर्नर के द्वारा जबरदस्त कैच का नजारा, लगभग लगभग 30 सेकंड का ये उतर और अंक मिला फरमाना को। लो भाई दर्शक साथी और रेड पत्थर आ गया है, निट्टू फरमाने वाला, निट्टू फरमाने वाला, फरमाने में फरमाने की वो टीम है दर्शक साथियों जिस टीम की लगातार हरियाणा में 12 साल तक तूती बोल गई, बिच्छू फरमाना, बरेंद्र फरमाना और विकास फरमाना, बस्ता फरमाना और वे जमुना फरमाना, लीला फरमाना, पल्लू फरमाना, बहुत बढ़िया अच्छा डिसीजन हाँ ले सकते हैं, आज रिव्यू ले सकते हैं, लेकिन बहुत बढ़िया डिसीजन भाई डॉक्टर सुभाष जानी जी, इसके बाद भी हो जगह था जय इस और स्टार्ट रखेंगे हम, रिव्यू ले लिया ना धना, रिव्यू चेक करेंगे, बीच में ना रोको आप प्लीज, वो रिव्यू ले 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 लिया आपने, दोबारा से होगी भाई रेड रोक देना इसको, रिव्यू लिया हुआ है ओसर की टीम ने, ओसर की तरफ से रिव्यू है, महावीर थलाना जी और एक कैचर पे की धनराशि का मान सम्मान दो, जो मैच रोज गया रेड दोबारा रेड दोबारा से राजेश कैचर जी, सुरेंद्र जी, सुरेंद्र जी रेड पे कौन बताएंगे आप, चला मुकेश गांगुली रेड पर, भारी भरकम शरीर का, अच्छा लंबे कद का ठीक है खिलाड़ी, और देखिए भोलू फरमाना के द्वारा, भोलू फरमाना के द्वारा बिल्कुल ये अच्छी जकड़न जबरदस्त कैच का नजारा, चाहे टांग की बात करें हाथ की बात करें, लेकिन कम नहीं है मुकेश भी भाई, अंक मिला भोलू फरमाना, पिच्छू फरमाना की टीम को, साथियों फिर आ गया संदीप नकाला, ओ मलिंगा, लेकिन वार खाली हो गया, पॉइंट तो संदीप नकाला का हो गया भाई, संदीप नकाला का हो गया, स्कोर 13.5-14 का स्कोर है, साढ़े 13 अंक है फरमाना की टीम के, 6 अंक है ओसर के, और देखिए भाई फरमाना की टीम जो है चुवारा 1 के साथ सेकंड सेमीफाइनल मैच खेले।